ਗੂਗਲ ਹੈ ਲੋਕੀ ਸਿਆਣੇ ਕਿਉਂ ਨਹੀਂ ਬੰਦੇ ਇਸ ਲਈ ਕੋ ਸਾਹਮਣੋ ਪੁਰਾਣਾ ਧਰਮ ਦੁਨੀਆ ਦਾ ਕਿਹੜਾ ਹੈ ਹਿੰਦੂ ਧਰਮ ਜੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ ਉਹਦੇ ਵਿੱਚ ਭਗਵਾਨ ਰਾਮ ਦਾ ਨਾਮ ਹੈ ਉਹਦੇ ਵਾਣਕ੍ਰਿਸ਼ਨ ਦਾ ਨਾਮ ਹੈ ਗੋਬਿੰਦ ਨਾਮ ਕਿੰਨੀ ਵਾਰੀ ਹੈ ਇਹ ਤਾਂ ਪੜੋ ਨਾ ਕਿਤਾਬਾਂ ਆਪਾਂ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਜੀ ਕਰਦੇ ਹੁੰਦੇ ਸੀ ਹੁਣ ਮਤਲਬ ਹੁਣ ਦੇ ਟਾਈਮ ਤੇ ਜਿਹੜੇ ਲੋਕ ਨੇ ਜਿਹੜੇ ਬੁੱਧੀਜੀਵੀ ਬਣ ਗਏ ਉਹ ਕਹਿੰਦੇ ਨਹੀਂ ਉਹ ਚੰਡੀ ਦੀ ਵਾਰ ਕੋਈ ਹੋਰ ਤਰ੍ਹਾਂ ਦੀ ਹੈ ਠੀਕ ਹੈ ਨਾ ਆ ਸਾਡੇ ਸਾਡੇ ਸ਼ਾਸਤਰੇ ਸਾਹਮਣੇ ਚੰਡੀ ਦੀਵਾਰ ਮਾ ਕਾਲੀ ਨੂੰ ਪੂਜਦੇ ਜਿਉਂ ਨਹੀਂ ਤਲਵਾਰ ਦੇ ਉੱਤੇ ਵੀ ਮਾ ਕਾਲੀ ਦਾ ਚਿੱਤਰ ਬਣਿਆ ਹੋਇਆ ਸੀ ਜਿੱਦਾਂ ਵੀ ਸੀ ਇਤਿਹਾਸ ਨੂੰ ਦੇਖੋ ਮਰੋੜਿਆ ਤਾਂ ਜਾ ਸਕਦਾ ਮੈਂ ਹਮੇਸ਼ਾ ਕਹਿੰਦਾ ਜਿਨੇ ਸਿੱਖ ਬੁੱਧੀ ਜੀ ਸਿੱਖ ਦੇ ਇਤਿਹਾਸ ਦੇ ਵਿੱਚ ਮਹਾਨ ਬੰਦੇ ਹੋਏ ਨੇ ਜਿਵੇਂ ਆਪਾਂ ਲਾਲਨਿਆ ਬਾਬਾ ਬਾਬਾ ਬੰਦਾ ਬਹਾਦਰ ਜੀ ਹਨਾ ਉਹਨਾਂ ਦਾ ਪੁਰਾਣਾ ਨਾਮ ਲਕਸ਼ਮਨ ਦਾਸ ਬਿਰਾਗੀ ਜੀ ਸੋ ਉਹ ਕਿਹੜੇ ਧਰਮ ਤੋਂ ਸੀ Hindu ਧਰਮ ਤੋਂ ਸੀ ਪਹਿਲੀ ਪਾਸ شیخ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਜਾਂਦਾ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਅਸੀਂ ਉਹਨਾਂ ਦੇ ਅੱਗੇ ਸਿੰਘ ਤਾਂ ਨਹੀਂ ਲਾ पाए ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੱਗੇ ਸਿੰਘ ਲਾਇਆ ਕਿਉਂਕਿ ਸ਼੍ਰੀ ਗੁਰੂ ਗੋਬਿੰਦ ਰਾਏ ਜੀ ਸੀਗੇ ਪਟਨਾ ਤੋਂ ਸੀਗੇ ਔਰ ਰਾਏ ਤੋਂ ਉਹਨਾਂ ਨੇ ਉਹਨਾਂ ਨੇ ਪੰਥ ਬਣਾਇਆ ਜਦੋਂ ਖਾਲਸਾ ਪੰਥ ਉਹਨਾਂ ਨੇ ਆਪਣੇ ਅੱਗੇ ਸਿੰਘ ਲਾਇਆ ਤਾਂ ਅੱਜ ਜੇ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ 골ਡਨ ਟੈਂਪਲ ਜਿਹਨੂੰ ਹਰੀ ਮੰਦਰ ਕਹਿੰਦੇ ਪੁਰਾਣਾ ਨਾਮ ਅੱਜ ਹਰੀ ਮੰਦਰ ਕਹਿੰਦੇ ਵੀ ਓਬਜੈਕਸ਼ਨ ਨਾਲ ਲੱਗਵੇ ਵੀ ਹਰੀ ਮੰਦਰ ਨਾ ਕੋ ਕਿਉਂਕਿ ਹਰੀ ਮੰਦਰ ਕੀ ਸੀ ਹਰੀ ਦਾ ਮੰਦਰ ਠੀਕ ਹੈ ਨਾ ਉਹ ਵੀ ਉਹ ਵੀ ਓਬਜੈਕਸ਼ਨ ਲਾਤੀ ਐਸਜੀਬੀਸੀ ਨੇ ਜਾਂ ਕਈਆਂ ਨੇ ਵੀ ਹਰੀ ਮੰਦਰ ਨਹੀਂ ਕਹਿਣਾ ਜੀ ਦਰਬਾਰ ਸਾਹਿਬ ਕਹਿਣਾ ਪਾਰਟੀਆਂ ਨੇ ਆਪਣੀ ਰਾਜਨੀਤੀ ਪਿੱਛੇ ਤੁਹਾਨੂੰ ਲੜਾ ਰਹੀਆਂ ਐ ਤੇ ਤੁਸੀਂ ਲੜ ਰਹੇ ਹੋ ਮੈਂ ਸਮਝਦਾ ਸਮਝਦਾਰੀ ਨਹੀਂ ਹੈ ਧਰਮ ਦੇ ਵਿੱਚ ਚੱਲਣਾ ਤੁਹਾਡਾ ਫਰਜ ਹੈ ਮੈਂ Hindu ਜੰਮਿਆ ਮੈਂ Hindu ਮਰਨਾ ਹੈ ਉਹ ਮੈਨੂੰ ਆਪਣੇ ਧਰਮ ਦਾ ਪੱਕਾ ਰਹਿਣਾ ਜ਼ਰੂਰੀ ਹੈ ਕਾ ਗੂਗਲ ਹੈ ਲੋਕੀ ਸਿਆਣੇ ਕਿਉਂ ਨਹੀਂ ਬੰਦੇ ਇਸ ਲਈ ਕੋ ਸਾਹਮਣੋ ਪੁਰਾਣਾ ਧਰਮ ਦੁਨੀਆ ਦਾ ਕਿਹੜਾ ਹੈ ਹਿੰਦੂ ਧਰਮ ਮਨ ਲ ਸਨਾਤਨ ਧਰਮ ਕਹਿੰਦੇ ਆਪਾਂ ਹਿੰਦੂ ਇੱਕ ਮਜਬ ਆ ਗਿਆ ਸਿੱਖ ਇੱਕ ਮਜਬ ਆ ਗਿਆ ਮੁਸਲਮਾਨ ਇੱਕ ਮਜਬ ਆ ਗਿਆ ਇਸਾਈ ਮਜਬ ਆ ਗਿਆ ਤੋ ਉਸ ਸੰਸਕ੍ਰਿਤੀ ਤੋਂ ਉਹੀ ਚਲਦੀ ਵੀ ਹੈ ਤੇ ਸਰਵਸ਼ੇਸ਼ ਕੋਣ ਨੇ ਭੋਲੇ ਨਾ ਜੀ ਕੋਈ ਕੰਪੈਰੀਜ਼ਨ ਹੀ ਨਹੀਂ ਮੈਂ ਕਿਉਂ ਕਹਾ ਵੀ ਕੋਈ ਕੰਪੈਰੀਜ਼ਨ ਹੈ ਕੰਪੈਰੀਜ਼ਨ ਮੈਂ ਬਹਿਸ ਤਾਂ ਤਾਂ ਕਰਾਂ ਜੇ ਕਿਸੇ ਦਾ ਕੋਈ ਕੰਪੈਰੀਜ਼ਨ ਹੋਊਗਾ ਜਦੋਂ ਕੰਪੈਰੀਜ਼ਨ ਨਹੀਂ ਹੈਗਾ ਉਦੋਂ ਮੈਂ ਕਾਦੇ ਲਈ ਬਹਿਸ ਕਰਾਂ ਕਿਸੇ ਨਾਲ ਠੀਕ ਹੈ ਨਾ ਸ਼੍ਰੀ ਰਾਮ ਜੀ ਸਾਡੇ ਅਵਤਾਰ ਨੇ ਸ਼੍ਰੀ ਕ੍ਰਿਸ਼ਨ ਜੀ ਅਵਤਾਰ ਨੇ ਕਿਉਂਕਿ ਉਹਨਾਂ ਨੇ ਮਨੁੱਖ ਜੀਵਨ ਦੇ ਵਿੱਚ ਜਨਮ ਲੇਤਾ ਉਸ ਤੋਂ ਬਾਅਦ ਧਰਤੀ ਤੋਂ ਚਲੇ ਗਏ ਉਹ ભગવાન ਵਿਸ਼ਨੂੰ ਜੀ ਦੇ ਅਵਤਾਰ ਮੰਨੇ ਜਾਂਦੇ ਆ ਐਦਾਂ ਹੀ ભગવાન ਬੋਲੇਨਾਥ ਜੀ ਦੇ ਕਈ ਅਵਤਾਰ ਨੇ ਉਹ ਅਵਤਾਰ ਨੇ ਜਿਹੜੇ ਸਾਡੇ ਰਾਧੇ ਨੇ ਸਾਡੇ ਈਸ਼ਟ ਮੰਦੇ ਆ ਜਿਨ੍ਹਾਂ ਨੂੰ ਅਸੀਂ ਲੈਣ ਕਿਤੋਂ ਜਲਦੀ ਬੋਲੇਨਾਥ ਜੀ ਤੋਂ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਸ੍ਰਿਸ਼ਟੀ ਨੂੰ ਵਿਨਾਸ਼ ਕਰਨ ਵਾਲੇ ਬੋਲੇਨਾਥ ਚਨਾਲ ਨਾਲੇ ਵਿਸ਼ਨੂੰ ਜੀ ਬ੍ਰਹਮਾ ਜੀ ਨੇ ਸਾਰਿਆਂ ਨੇ ਸਾਰੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਬਣਾਏ ਇਹ ਤਾਂ ਪੜੋ ਨਾ ਕਿਤਾਬਾਂ ਆਪਣੇ ਗ੍ਰੰਥ ਪੜੋ ਪੜਦੇ ਨਹੀਂ ਅਸੀਂ ਠੀਕ ਹੈ ਨਾ ਜੇ ਦੇਖੋ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ ਉਹਦੇ ਵਿੱਚ ਭਗਵਾਨ ਰਾਮ ਦਾ ਨਾਮ ਹੈ ਉਹਦੇ ਵਨ ਕ੍ਰਿਸ਼ਨ ਦਾ ਨਾਮ ਹੈ ਗੋਬਿੰਦ ਨਾਮ ਕਿੰਨੀ ਵਾਰੀ ਹੈ ਮੁਰਾਰੀ ਨਾਮ ਕਿੰਨੀ ਵਾਰੀ ਹੈ ਜਿਹੜੇ ਕ੍ਰਿਸ਼ਨ ਜੀ ਦੇ ਕਈ ਨਾਮ ਜਿਹੜੇ ਲਗ ਲਗ ਅਸੀਂ ਲੈਣੇ ਹਨਾ ਪੋਲੇ ਨਾਥ ਜੀ ਦਾ ਨਾਮ ਹੈ ਅ ਚਲੋ ਹੁਣ ਇਹ ਗੱਲਾਂ ਬਦਲ ਲਗੀਆਂ ਕੋ ਆਉਣ ਵਾਲੇ ਟਾਈਮ ਤੇ ਬਦਲੀ ਜਾਂਦੀਆਂ ਆਪਾਂ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਜੀ ਕਰਦੇ ਹੁੰਦੇ ਸੀ ਹੁਣ ਮਤਲਬ ਹੁਣ ਦੇ ਟਾਈਮ ਤੇ ਜਿਹੜੇ ਲੋਕ ਨੇ ਜਿਹੜੇ ਬੁੱਧੀਜੀਵੀ ਬਣ ਗਏ ਉਹ ਕਹਿੰਦੇ ਨਹੀਂ ਉਹ ਚੰਡੀ ਦੀ ਵਾਰ ਕੋਈ ਹੋਰ ਤਰ੍ਹਾਂ ਦੀ ਹੈ ਠੀਕ ਹੈ ਨਾ ਸਾਡੇ ਸਾਡੇ ਸ਼ਾਸਤਰਾਂ ਦੇ ਹਿਸਾਬ ਨਾਲ ਚੰਡੀ ਦੀ ਵਾਰ ਮਾ ਕਾਲੀ ਨੂੰ ਪੂਜਦੇ ਜੁਣੇ ਤਲਵਾਰ ਦੇ ਉੱਤੇ ਵੀ ਮਾ ਕਾਲੀ ਦਾ ਚਿੱਤਰ ਬਣਿਆ ਆ ਸੀ ਜਿੱਦਾਂ ਵੀ ਸੀ ਚੰਡੀ ਦੀ ਵਾਰ ਸੀ ਸੋ ਇਤਿਹਾਸ ਨੂੰ ਦੇਖੋ ਮਰੋੜਿਆ ਦਾ ਜਾ ਸਕਦਾ ਮੈਂ ਹਮੇਸ਼ਾ ਕਹਿੰਦਾ ਜਿਨਨੇ ਸਿੱਖ ਬੁੱਧੀ ਜੀ ਸਿੱਖ ਦੇ ਇਤਿਹਾਸ ਦੇ ਚ ਮਹਾਨ ਬੰਦੇ ਹੋਏ ਨੇ ਜਿਵੇਂ ਆਪਾਂ ਲਾਲ ਨੇ ਆ ਮੈਂ ਨਾਮ ਭੁੱਲ ਜਾਂਦਾ ਉਹਨਾਂ ਦਾ ਬਾਬਾ ਬਾਬਾ ਬੰਦਾ ਭਾਦਰ ਜੀ ਹਨਾ ਉਹਨਾਂ ਦਾ ਪੁਰਾਣਾ ਨਾਮ ਲਕਸ਼ਮਨ ਦਾਸ ਬਿਰਾਗੀ ਜੀ ਸੋ ਉਹ ਕਿਹੜੇ ਧਰਮ ਤੋਂ ਸੀ Hindu ਧਰਮ ਤੋਂ ਜੇ ਆਪਾਂ ਗੁਰੂ ਸਾਹਿਬਾਨ ਦੀ ਗੱਲ ਕਰਦੇ ਨੇ ਜਿਵੇਂ ਸਿੱਖ ਪੰਥ ਦੀ ਜਿਹੜੀ ਗੱਲ ਕਰਦੇ ਸੀ ਇੱਕ ਧਰਮ ਦੀ ਜਿਹੜੀ ਗੱਲ ਕਰਦੇ ਨੇ ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਜਾਂਦਾ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਅਸੀਂ ਉਹਨਾਂ ਦੇ ਅੱਗੇ ਸਿੰਘ ਤਾਂ ਨਹੀਂ ਲਾ ਪਏ ਕੋਈ ਵੀ ਨਹੀਂ ਲਾ ਸਕਦਾ ਸਾਡੀ ਔਕਾਤ ਨਹੀਂ ਹੈਗੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੱਗੇ ਸਿੰਘ ਲਾਇਆ ਕਿਉਂਕਿ ਸ਼੍ਰੀ ਗੁਰੂ ਗੋਬਿੰਦ ਰਾਏ ਜੀ ਸੀਗੇ ਪਟਨਾ ਤੋਂ ਸੀਗੇ ਔਰ ਰਾਏ ਤੋਂ ਉਹਨਾਂ ਦੇ ਉਹਨਾਂ ਨੇ ਪੰਥ ਬਣਾਇਆ ਜਦੋਂ ਖਾਲਸਾ ਪੰਥ ਉਹਨਾਂ ਨੇ ਆਪਣੇ ਅੱਗੇ ਸਿੰਘ ਲਾਇਆ ਤੇ ਉਹਨਾਂ ਨੇ ਸਿੰਘ ਦੀ ਫੌਜ ਬਣਾਈ ਜੀ ਠੀਕ ਆ ਉਹਨਾਂ ਨੇ ਇੱਕ ਅਲੱਗ ਪਛਾਣ ਦਿੱਤੀ ਪੰਜ ਕਕਾਰ ਦਿੱਤੇ ਅਮਨਤ ਸ਼ਿਕਾਇਆ ਸਭ ਕੁਝ ਉਤੋਂ ਸ਼ੁਰੂ ਹੋਇਆ ਅਸੀਂ ਇੱਕ ਗੱਲ ਕਰਦੇ ਆ ਜਦੋਂ ਜੋ ਗੁਰੂਆਂ ਨੇ ਸਾਡੇ ਕਰਤਾ ਉਹਨੂੰ ਕੋਈ ਤੋੜ ਨਹੀਂ ਸਕਦਾ ਦੁਨੀਆ ਦੀ ਤਾਕਤ ਕੋਈ ਮਰੋੜ ਨਹੀਂ ਸਕਦੀ ਅਸਾਂ ਤਾਂ ਅਸੀਂ ਨਤਮਸਕ ਹੁੰਦੇ ਆ ਅੱਜ ਜੇ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਗੋਲਡਨ ਟੈਂਪਲ ਜਿਹਨੂੰ ਹਰੀ ਮੰਦਰ ਕਹਿੰਦੇ ਪੁਰਾਣਾ ਨਾਮ ਅੱਜ ਹਰੀ ਮੰਦਰ ਕਹਿੰਦੇ ਵੀ ਆਬਜੈਕਸ਼ਨ ਨਾਲ ਲੱਗਵੇ ਵੀ ਹਰੀ ਮੰਦਰ ਨਾ ਕੋ ਕਿਉਂਕਿ ਹਰੀ ਮੰਦਰ ਕੀ ਸੀ ਹਰੀ ਦਾ ਮੰਦਰ ਠੀਕ ਹੈ ਨਾ ਉਹ ਵੀ ਉਹ ਵੀ ਆਬਜੈਕਸ਼ਨ ਲਾਤੀ ਐਸਜੀਬੀਸੀ ਨੇ ਜਾਂ ਕਈਆਂ ਨੇ ਵੀ ਹਰੀ ਮੰਦਰ ਨਹੀਂ ਕਹਿਣਾ ਜੀ ਦਰਬਾਰ ਸਾਹਿਬ ਕਹਿਣਾ ਅਸੀਂ ਦਰਬਾਰ ਸਾਹਿਬ ਕਹਿ ਲੈਣੇ ਆ ਇਹ ਜਿਹੜੇ ਪੋਲਿਟਿਕਸ ਹੈ ਸਿਰਫ ਇਹ ਧਰਮਾਂ ਨੂੰ ਲੜਨਾ ਸਿਖਾ ਰਹੀ ਹੈ ਤੇ ਇਹ ਤਾਂ ਤੁਸੀਂ 84 ਤੋਂ ਵੀ ਜਿਨੇ ਸਬਕ ਨਾ ਸਿੱਖਿਆ 84 ਵਾਲੇ ਕਾਂਡ ਤੋਂ ਜਿਹੜੇ ਸਿੱਖ ਨਰ ਸੰਸਾਰ ਹੈ ਫਿਰ ਤਾਂ ਤੁਸੀਂ ਬੇਵਕੂਫ ਹੋ ਜੀ ਪਾਰਟੀਆਂ ਨੇ ਆਪਣੀ ਰਾਜਨੀਤੀ ਪਿੱਛੇ ਤੁਹਾਨੂੰ ਲੜਾ ਰਹੀਆਂ ਐ ਤੇ ਤੁਸੀਂ ਲੜ ਰਹੇ ਹੋ ਮੈਂ ਸਮਝਦਾ ਸਮਝਦਾਰੀ ਨਹੀਂ ਹੈ ਜੀ ਧਰਮ ਦੇ ਵਿੱਚ ਚੱਲਣਾ ਤੁਹਾਡਾ ਫਰਜ਼ ਹੈ ਮੈਂ Hindu ਜੰਮਿਆ ਮੈਂ Hindu ਮਰਨਾ ਹੈ ਉਹ ਮੈਨੂੰ ਆਪਣੇ ਧਰਮ ਦਾ ਪੱਕਾ ਰਹਿਣਾ ਜ਼ਰੂਰੀ ਹੈ ਠੀਕ ਹੈ ਨਾ ਤੁਸੀਂ ਸਿੱਖ ਧਰਮੇ ਚੋਂ ਸਿੱਖ ਸਿੱਖੀ ਦਾ ਪਾਲਣ ਕਰੋ ਰਹਿਣਾ ਜ਼ਰੂਰੀ ਹੈ ਅੰਮ੍ਰਿਤ ਪਾਣ ਕਰੋ ਮਤਲਬ ਜੋ ਤੁਸੀਂ ਕਰਨਾ ਸਿੱਖੀ ਦਾ ਪਹਿਨਾਵਾ ਪਾਣਾ ਉਹ ਪਾਓ ਸਾਡੇ ਗੁਰੂਆਂ ਨੇ ਹੁਕਮ ਦਿੱਤਾ ਉਹ ਪਾਣਾ ਜ਼ਰੂਰੀ ਹੈ ਲੇਕਿਨ ਤੁਸੀਂ ਇਹ ਕੋ ਵੀ ਕਿਸੇ ਨੂੰ ਮਾਰਾ ਮੈਂ ਨਹੀਂ ਕਹਿੰਦਾ ਠੀਕ ਹੈ ਨਾ ਆਪਣੇ ਧਰਮ ਨੂੰ ਚੰਗਾ ਮੈਂ ਹਮੇਸ਼ਾ ਕਹਿਣਾ